चलो कोई बात नहीं, तुम ना आराम करो, नहीं फर्क पड़ा तो फिर मैं छोटी मेम साहब को ना बोलूंगी, हमारी थोड़ी मदद कर दो। ठीक है माँ। ਲੈ ਤੁਸੀਂ ਇੱਦਾਂ ਹੀ ਆ ਗਏ ਤੇ ਜੇ ਤੁਸੀਂ ਮੈਨੂੰ ਦੱਸ ਕੇ ਆਉਂਦੇ ਤਾਂ ਮੈਂ ਕੁਝ ਬਣਾ ਕੇ ਰੱਖਦੀ। ਅਸੀਂ ਕਿਹੜੇ ਉੱਪਰੇ ਥਾਂ ਆਏ ਆ, ਆਪਣੇ ਘਰ ਆਏ ਆ, ਅਸੀਂ ਕਿਹੜੇ ਬਗਾਨੇ ਥਾਂ ਆਏ ਆ, ਬਣਾਉਣਾ ਕੀ? ਚੱਲ ਕੋਈ ਨਹੀਂ, ਕਹੋ ਤੁਸੀਂ ਤਾਂ ਮੈਂ ਪਾਣੀ ਲੈ ਕੇ ਆਉਂਦੀ ਆ। ਨਵੀਂ ਨੂੰ ਉਹਨੂੰ ਬੜੀ ਜਲਦੀ ਪੇਕੇ ਭੇਜ ਦਿੱਤਾ। ਸਿੰਮੀ ਤੂੰ ਇਹਦੇ ਤੱਕ ਵੀ ਗੱਲ ਪਹੁੰਚਾਤੀ ਆ? ਹਜੇ ਤਾਂ ਮੇਰਾ ਨੂੰ ਪੂਰੀ ਗੱਲ ਦੱਸੀ ਨਹੀਂ ਹੈ, ਹਜੇ ਤਾਂ ਅੱਧੀ ਗੱਲ ਹੀ ਦੱਸੀ ਹੈ। ਮੈਨੂੰ ਰੋਟੀ ਪਾਣੀ ਤਾਂ ਖਵਾ ਲਓ, ਇੱਡੀ ਦੂਰੋਂ ਆਇਆ ਮੈਂ। ਕੋਈ ਨਹੀਂ, ਰੋਟੀ ਹੁਣ ਬਾਅਦ 'ਚੋਂ ਖਵਾਉਂਦੇ ਹਾਂ, ਉੱਧਰ ਪੈਸੇ ਤਾਂ ਦੇ ਆਈਏ, ਕਿਤੇ ਹੋਰ ਨਾ ਪੰਗਾ ਕੋਈ ਖੜਾ ਹੋ ਜੇ। ਮੇਮ ਸਾਹਿਬ ਆਪ ਵੀ ਹਮਾਰੇ ਸਾਥ ਚਲਦੇ ਨਾ ਤਾਂ ਹਮੇ ਬਹੁਤ ਖੁਸ਼ੀ ਹੋਤੀ। ਨਹੀਂ ਨਹੀਂ ਆਂਟੀ ਜੀ, ਸਾਡੇ ਕੋਲ ਇੰਨਾ ਹੀ ਟਾਈਮ ਹੁੰਦਾ ਤਾਂ ਅਸੀਂ ਆਪ ਨਾ ਲੈ ਜਾਂਦੇ ਸੰਦੀਪ ਨੂੰ। ਤੂੰ ਜਿੱਦਾਂ ਕਰਨਾ ਨਾ ਕਰੀ ਜਾ, ਤੇਰੀਆਂ ਸਕੀਮਾਂ ਤਾਂ ਤੂੰ ਹੀ ਜਾਣ। ਕੋਈ ਨਹੀਂ ਮੰਮੀ, ਤੂੰ ਐਵੇਂ ਬਹੁਤ ਹੀ ਟੈਨਸ਼ਨ ਨਾ ਲੈ, ਹੁਣ ਆਏਗਾ ਨਾ ਤਜਿੰਦਰ ਦਾ ਫੋਨ ਤੇ ਮੈਂ ਆਪੇ ਗੱਲ ਕਰ ਲਾਂਗੀ। ਸੰਦੀਪ ਬਿਟੀਆ ਤੁਮ ਠੀਕ ਹੋ? ਹਾਂ ਮਾਂ। ਤੁਮ ਆ ਗਈ ਕਾਮ ਸੇ? ਹਾਂ ਆ ਗਈ ਹੂੰ ਕਾਮ ਸੇ। ਤੁਮਨੇ ਦਵਾ ਖਾਈ? ਹਾਂ ਮਾਂ, ਮੈਨੇ ਖਾ ਲਈ ਥੀ ਦਵਾ। ਪੱਕਾ ਖਾਈ ਥੀ ਨਾ? ਹਾਂ ਮਾਂ, ਪੱਕਾ ਖਾਈ ਥੀ। ਤੋ ਬਿਟੀਆ ਥੋੜ੍ਹੀ ਦੇਰ ਬਾਹਰ ਬੈਠ ਜਾਤੀ, ਬਾਹਰ ਕੀ ਹਵਾ ਜੋ ਨਾ ਅੱਛੀ ਹੋਤੀ ਹੈ ਸਿਹਤ ਕੇ ਲੀਏ। ਨਹੀਂ ਮਾਂ, ਮੇਰਾ ਮਨ ਨਹੀਂ ਹੈ ਬਾਹਰ ਜਾਣੇ ਕਾ। ਐਸੇ ਕਿਉਂ ਨਹੀਂ ਮਨ ਕਰਤਾ? ਦੋ ਤਿੰਨ ਦਿਨ ਸੇ ਤੋ ਤੁਮ ਕਮਰੇ ਮੇਂ ਬੰਦ ਹੋ। ਮਾਂ ਤੁਮ ਯੇ ਸਭ ਛੋੜੋ, ਤੁਮ ਜੇ ਬਤਾਓ ਕਿ ਮੈਨੇ ਦਵਾ ਕਿਤਨੇ ਦਿਨ ਖਾਣੀ ਔਰ? ਡਾਕਟਰ ਨੇ ਬੋਲਾ ਥਾ ਨਾ ਕਿ ਇੱਕ ਹਫ਼ਤਾ ਦਵਾਈ ਚੱਲੇਗੀ। ਮਾਂ ਔਰ ਦਵਾਈ ਹਮਨੇ ਕਬ ਲੈਣੇ ਜਾਣਾ ਹੈ? ਯੇ ਵਾਲੀ ਤੋ ਹੋ ਚਲੀ ਖਤਮ। ਕੱਲ ਕੋ ਜਾਣਾ ਹਮਨੇ ਦਵਾਈ ਲੈਣੇ, ਤੋ ਮੈਨੇ ਨਾ ਸਾਹਿਬ ਸੇ ਛੁੱਟੀ ਲੈ ਲਈ ਆ ਕੱਲ ਕੀ। ਠੀਕ ਹੈ ਮਾਂ, ਲੇਕਿਨ ਤੁਹਾਰੇ ਪਾਸ ਪੈਸੇ ਹੈ ਦਵਾ ਲੈਣੇ ਕੇ ਲੀ ਔਰ? ਹਾਂ ਹਾਂ, ਮੇਰੇ ਪਾਸ ਹੈ ਪੈਸੇ, ਤੋ ਮੈਨੇ ਔਰ ਵੀ ਦਫ਼ਤਰ ਵਾਲੇ ਸਾਹਿਬ ਹੈ ਨਾ ਜੋ, ਉਨਸੇ ਪੈਸੇ ਪੂਛੇ ਹੈ। ਔਰ ਜੋ ਪੈਸੇ ਵੋ ਮੇਮ ਸਾਹਿਬ ਦੇ ਕੇ ਗਈ ਥੀ ਵੋ ਖਤਮ ਹੋ ਗਏ ਸਾਰੇ? ਨਹੀਂ ਨਹੀਂ, ਮੈਨੇ ਰੱਖੀ ਹੈ ਤੇਰੀ ਦਵਾ ਕੇ ਲੀ। ਠੀਕ ਹੈ, ਦੇਖ ਲਓ ਕਿਤਨੇ ਦਿਨ ਹੋ ਗਏ ਮੁਝੇ ਯਹਾਂ ਆਈ ਕੋ, ਲੇਕਿਨ ਮੇਮ ਸਾਹਿਬ ਔਰ ਮੰਮੀ ਜੀ ਨੇ ਇੱਕ ਵਾਰ ਵੀ ਫੋਨ ਕਰਕੇ ਨਹੀਂ ਪੁੱਛਾ ਕਿ ਮੈਂ ਕੈਸੀ ਹੂੰ। ਤੁਮ ਉਨਕੀ ਬਾਤ ਬੇਟੀ ਛੋੜੋ, ਤੇਰੇ ਕੋ ਤਾਂ ਤਜਿੰਦਰ ਨੇ ਵੀ ਇੱਕ ਵਾਰ ਨਹੀਂ ਪੁੱਛਾ। ਤਜਿੰਦਰ ਤਾਂ ਬਹੁਤ ਅੱਛੇ ਹੈ, ਵੋ ਤਾਂ ਮੁਝੇ ਸੁਬਹਾ ਸ਼ਾਮ ਫੋਨ ਕਰਤੇ ਥੇ, ਮੇਰਾ ਬਹੁਤ ਖਿਆਲ ਰੱਖਤੇ ਥੇ, ਲੇਕਿਨ ਮੈਂ ਕਿਆ ਬਤਾਊਂ ਆਪਕੋ। ਕਿਉਂ, ਕਿਆ ਹੁਆ? ਬਿਟੀਆ ਬਤਾਓ ਨਾ ਮੇਰੇ ਕੋ, ਕਿਆ ਬਾਤ ਹੈ? ਏਕ ਤੋ ਨਾ ਤੁਮ ਗਲਤੀ ਸੇ ਆਪਣਾ ਫੋਨ ਵੀ ਵਹਾਂ ਛੋੜ ਆਈ ਹੋ, ਤਜਿੰਦਰ ਕਿਤਨਾ ਫੋਨ ਕਰਤਾ ਹੋਗਾ। ਕਰਤੇ ਤਾਂ ਹੋਂਗੇ ਵੋ ਫੋਨ ਮਾਂ, ਉਹ ਤਾਂ ਬਹੁਤ ਫਿਕਰ ਕਰਤੇ ਹੋਂਗੇ ਮੇਰੀ, ਲੇਕਿਨ ਮੈਂ ਵੀ ਕਿਆ ਕਰੂੰ, ਮਜਬੂਰ ਹੂੰ। ਮੰਮੀ ਜੀ ਨੇ ਨਾ ਮੇਰਾ ਫੋਨ ਤੋਂ ਸੀਨ ਲਿਆ ਮੁਝਸੇ, ਅਭੀ ਮੈਂ ਕਿਆ ਕਰੂੰ। ਮੰਮੀ ਜੀ ਨਾ ਜਾਣੇ ਤਜਿੰਦਰ ਕੋ ਕਿਆ ਕਿਆ ਬਤਾਤੇ ਰਹੇ ਹੋਂਗੇ। ਮੁਝੇ ਤਾਂ ਨਾ ਬਹੁਤ ਡਰ ਲੱਗ ਰਿਹਾ ਕਿ ਉਹਨੂੰ ਕੋਈ ਕੋਈ ਚਾਲ ਹੈ ਤੇਰੇ ਕੋਲ ਘਰ ਸੇ ਨਿਕਾਲਨੇ ਕੀ। ਮਾਂ ਮੁਝੇ ਵੀ ਅਬ ਤੋ ਐਸਾ ਲੱਗਤਾ ਹੈ, ਜਿਸ ਦਿਨ ਮੈਂ ਗਿਰੀ ਥੀ ਨਾ ਉਸ ਦਿਨ ਮੇਮ ਸਾਹਿਬ ਔਰ ਮੰਮੀ ਜੀ ਨੇ ਬਹੁਤ ਗੁੱਸਾ ਕੀਆ ਮੇਰੇ ਉੱਪਰ, ਮੁਝੇ ਖਾਣਾ ਵੀ ਨਹੀਂ ਖਾਣੇ ਦਿਆ ਔਰ ਸਾਰਾ ਕਾਮ ਵੀ ਮੁਝਸੇ ਹੀ ਕਰਾਇਆ ਥਾ। ਅੱਛਾ, ਅਭੀ ਤਾਂ ਜਿੰਦੇ ਕੋਲ ਦੋ ਦਿਨ ਨਹੀਂ ਹੋਏ ਗਏ, ਦੇਖ ਲਓ ਕਿਤਨਾ ਗੁੱਸਾ ਕਰਤੇ ਮੇਰੇ ਉੱਪਰ। ਕੋਈ ਨਹੀਂ ਬੇਟੀ, ਭਗਵਾਨ ਪੇ ਭਰੋਸਾ ਰੱਖੋ। ਮਾਂ ਹਮ ਗਰੀਬੋ ਕਾ ਕੌਣ ਸਾਥ ਦੇਤਾ ਹੈ? ਕੋਈ ਨਹੀਂ, ਜਿਸਕਾ ਕੋਈ ਨਹੀਂ ਹੋਤਾ ਉਸਕਾ ਭਗਵਾਨ ਹੋਤਾ। ਚਲੋ ਆਓ, ਤੁਮ ਬਾਹਰ ਥੋੜ੍ਹਾ ਆਰਾਮ ਕਰੋ। ਠੀਕ ਹੈ।
ਸਿਮੀ ਗੱਲ ਸੁਣ। ਹਾਂਜੀ ਮੰਮੀ। ਕਿੰਨੇ ਦਿਨ ਹੋ ਗਏ ਫੋਨ ਹੀ ਨਹੀਂ ਆਇਆ ਤੇਜਿੰਦਰ ਦਾ। ਫੋਨ ਕਿੱਥੋਂ ਆਉਣਾ, ਮੈਂ ਨਾ ਤੇਜਿੰਦਰ ਦੇ ਫੋਨ ਦਾ ਪੱਕਾ ਕੰਮ ਕਰਤਾ ਏ। ਪੱਕਾ ਕੰਮ ਕਰਤਾ? ਉਹ ਕਿਹੜਾ ਕਰਤਾ ਜੀ? ਤੇਜਿੰਦਰ ਫੋਨ ਕਰਦਾ ਸੀ ਸੰਦੀਪ ਲਈ, ਅਤੇ ਮੈਂ ਸੰਦੀਪ ਦਾ ਨੰਬਰ ਤੇਜਿੰਦਰ ਦੇ ਫੋਨ 'ਚੋਂ ਬਲੌਕ 'ਚ ਪਾਤਾ ਕਿ ਤੇਜਿੰਦਰ ਦੇ ਮਨ 'ਚ ਨਾ ਸ਼ੱਕ ਬਹਿ ਜੇ ਵੀ ਇਹ ਕਿਸੇ ਹੋਰ ਨਾਲ ਗੱਲਾਂ ਕਰਦੀ ਹੈ। ਹੋਰ ਨਾਲ ਗੱਲਾਂ ਕਰਦੀ ਹੈ? ਕਿਹਦੇ ਨਾਲ ਗੱਲਾਂ ਕਰਦੀ ਆ? ਮੈਂ ਕੁਛ ਸਮਝੀ ਨਹੀਂ ਤੇਰੀ ਗੱਲ, ਮੈਨੂੰ ਸੱਜ ਨਾਲ ਸਮਝਾ। ਸਮਝਾਉਂਦੀ ਹਾਂ ਮੈਂ ਤੁਹਾਨੂੰ ਚੰਗੀ ਤਰ੍ਹਾਂ। ਮੈਂ ਨਾ ਸੰਦੀਪ ਵਾਲੇ ਫੋਨ 'ਚ ਨਾ ਤੇਜਿੰਦਰ ਦਾ ਨੰਬਰ ਬਲੌਕ ਕਰਤਾ। ਹੁਣ ਜਦੋਂ ਵੀ ਤੇਜਿੰਦਰ ਫੋਨ ਲਾਏਗਾ ਨਾ ਤਾਂ ਨੰਬਰ ਬਿਜ਼ੀ ਆਈ ਜਾਣਾ, ਬਿਜ਼ੀ ਆਈ ਜਾਣਾ। ਜਦੋਂ ਤੁਹਾਡੇ ਫੋਨ 'ਤੇ ਦੋ ਤਿੰਨ ਵਾਰੀ ਫੋਨ ਆਇਆ ਸੀ ਨਾ, ਮੈਂ ਤਾਂ ਉਹਨੂੰ ਦੱਸਤਾ ਸੀ ਵੀ ਪਤਾ ਨਹੀਂ ਕਿਹਦੇ ਨਾਲ ਲੱਗੀ ਰਹਿੰਦੀ, ਅਤੇ ਜਦੋਂ ਅਸੀਂ ਪੁੱਛਦੇ ਹਾਂ ਤਾਂ ਕਹਿੰਦੀ ਨਹੀਂ ਤੂੰ ਆਂਟੀ ਦਾ ਫੋਨ ਆਇਆ ਸੀ, ਮੇਰੀ ਮੰਮੀ ਦਾ। ਹੁਣ ਪਤਾ ਨਹੀਂ ਵੀ ਦਿਨ ਰਾਤ ਕਿਹਦੇ ਨਾਲ ਗੱਲਾਂ ਕਰਦੀ ਰਹਿੰਦੀ। ਜੇ ਕਿਤੇ ਰੋਟੀ ਫੜਾ ਲਏ ਤਾਂ ਇਹਦਾ ਫੋਨ ਵੱਲ ਧਿਆਨ ਹੁੰਦਾ, ਜੇ ਆਵਾਜ਼ਾਂ ਮਾਰਦੇ ਰਹੀਏ ਤਾਂ ਨਹੀਂ ਕਿਤੇ ਗੱਲ ਸੁਣਦੀ। ਮੈਨੂੰ ਤਾਂ ਆਪ ਨਹੀਂ ਇਹਦੀ ਸਮਝ ਲੱਗਦੀ। ਜੇ ਸਾਨੂੰ ਕੋਈ ਕੰਮ ਹੋਏ ਤਾਂ ਚੱਲ ਸੋਚਦੇ ਹਾਂ ਵੀ ਜੇ ਆਵਾਜ਼ ਨਹੀਂ ਸੁਣਦੀ ਇਹਨੂੰ ਫੋਨ ਕਰਕੇ ਵੇਖ ਲੈਂਦੇ ਹਾਂ, ਅਤੇ ਅੱਗੋਂ ਇਹਦਾ ਫੋਨ ਹੀ ਬਿਜ਼ੀ ਆਉਂਦਾ ਰਹਿੰਦਾ। ਮੈਂ ਤਾਂ ਉਹਨੂੰ ਸਾਰਾ ਕੁਛ ਦੱਸਦਾ। ਹੈਂ ਲੈ ਮੰਮੀ, ਮੈਂ ਤਾਂ ਨਾ ਇੱਦਾਂ ਗੱਲਾਂ ਲਾ ਲਾ ਕੇ ਨਾ ਸਾਰੀਆਂ ਅਤੇ ਉਹਨੂੰ ਸਾਰਾ ਕੁਛ ਦੱਸਤਾ ਚੰਗੀ ਤਰ੍ਹਾਂ। ਅੱਛਾ, ਤੇਜਿੰਦਰ ਨੂੰ ਹੁਣ ਇਹ ਲੱਗਦਾ ਸੰਦੀਪ ਦਾ ਕਿਸੇ ਹੋਰ ਨਾਲ ਚੱਕਰ ਆ। ਬਿਲਕੁਲ ਸਹੀ ਕਿਹਾ, ਤਾਂ ਹੀ ਤਾਂ ਹੁਣ ਤੇਜਿੰਦਰ ਉਹਨੂੰ ਫੋਨ ਕਰਨੋਂ ਘੱਟ ਗਿਆ। ਤੁਹਾਨੂੰ ਪਤਾ ਹੀ ਹੈ ਨਫ਼ਰਤ ਤਾਂ ਫਿਰ ਬੰਦੇ ਦੇ ਮਨ 'ਚ ਆ ਹੀ ਜਾਂਦੀ ਹੈ। ਬਾਕੀ ਨਾ ਜਦੋਂ ਫੋਨ ਆਊਗਾ ਨਾ ਤੁਸੀਂ ਵੀ ਯਕੀਨ ਪੱਕਾ ਕਰਨ ਲਈ ਇੱਕ ਵਾਰੀ ਉਹਨੂੰ ਪੂਰੀ ਤਸੱਲੀ ਦਵਾ ਦਿਓ। ਪੱਕਾ? ਜੇ ਮੈਂ ਉਹਨੂੰ ਕੋਈ ਗੱਲ ਦੱਸਦੀ ਨਾ ਤਾਂ ਫਿਰ ਤਾਂ ਉਹਨੇ ਸੰਦੀਪ ਬਾਰੇ ਕਦੀ ਪੁੱਛਣਾ ਹੀ ਨਹੀਂ। ਆਹੋ, ਇਹ ਤੁਹਾਡੀ ਗੱਲ ਸਹੀ ਹੈ। ਅਗਲੇ ਨੂੰ ਇਹ ਆ ਭਾਬੀ ਤਾਂ ਝੂਠ ਬੋਲ ਸਕਦੀ, ਮੇਰੀ ਮਾਂ ਥੋੜ੍ਹੀ ਝੂਠ ਬੋਲੇਗੀ। ਨਾਲੇ ਆ ਭਈਆ ਰਾਣੀ ਜੀ ਨਾ ਜਦੋਂ ਦੀ ਵਿਆਹੀ ਹੈ ਨਾ ਸਾਡੇ ਘਰ ਦਾ ਸਾਰਾ ਮਾਹੌਲ ਖਰਾਬ ਕੀਤਾ ਸੀ। ਛਲ ਭਲਾ ਹੋਵੇ ਤੇਰਾ, ਤੂੰ ਸਕੀਮਾਂ ਸਕੂਮਾਂ ਲਾ ਕੇ ਨਾ ਉਹਨੂੰ ਤਾਂ ਘਰੋਂ ਕੱਢਤਾ ਹੀ। ਮੰਮੀ ਤੁਸੀਂ ਤਾਂ ਕਿਤੇ ਮੇਰੀਆਂ ਮੰਨਦੇ ਨਹੀਂ ਹੈਗੇ। ਜੇ ਮੇਰੀਆਂ ਮੰਨਦੇ ਹੋਵੋ ਨਾ ਤਾਂ ਇਹ ਘਰ 'ਚ ਇਸੇ 'ਚ ਆ ਵੀ ਨਹੀਂ ਸਕਦੀ, ਇਹਨੂੰ ਤਾਂ ਇੱਥੇ ਮੈਂ ਵੜਨ ਵੀ ਨਹੀਂ ਦੇਣਾ। ਚੱਲ ਦੇਰ ਆਵੇ ਤਾਂ ਦਰੁਸਤ ਆਵੇ। ਚਲੋ ਠੀਕ ਆ ਮੰਮੀ, ਹੁਣ ਨਾ ਮੈਂ ਜਾ ਕੇ ਚਾਹ ਬਣਾਉਂਦੀ ਹਾਂ ਅਤੇ ਤੁਸੀਂ ਵੀ ਬਾਹਰ ਆ ਜਾਓ ਅਤੇ ਫਿਰ ਆਪਾਂ ਉੱਥੇ ਪੀਂਦੇ ਹਾਂ ਚਾਹ। ਚੱਲ ਸਿੰਮੀ ਜਾ ਬਣਾ ਲਾ ਚਾਹ, ਫਿਰ ਮੈਂ ਆਉਂਦੀ ਹਾਂ ਬਾਹਰ। ਚਲੋ ਠੀਕ ਆ। ਹੈਲੋ ਮੰਮੀ, ਚਾਹ ਪੀਓ। ਤੂੰ ਇਕੱਲੀ ਚਾਹ ਬਣਾ ਲਈ ਆ, ਨਾਲ ਪਕੌੜੇ ਬਣਾ ਲਿਆ ਨਹੀਂ? ਤੁਸੀਂ ਨਾ ਸ਼ੁਕਰ ਕਰੋ ਕਿ ਮੈਂ ਚਾਹ ਬਣਾ ਲਿਆ ਹਾਂ। ਤੁਸੀਂ ਹੁਣ ਇੱਕੋ ਵਾਰੀ ਮੈਨੂੰ ਸੰਦੀਪ ਹੀ ਨਾ ਸਮਝੀ ਜਾਓ ਕਿ ਤੁਹਾਨੂੰ ਮੈਂ ਪਕੌੜੇ ਬਣਾ ਬਣਾ ਖਵਾਵਾਂਗੀ। ਚੱਲ ਚੰਗਾ, ਤੇਰਾ ਤਾਂ ਮੈਨੂੰ ਅੱਗੇ ਪਤਾ ਵਾ ਕਿੰਨੇ ਕੁ ਪਕੌੜੇ ਬਣਾ ਬਣਾ ਮੈਨੂੰ ਤੂੰ ਖਵਾਉਂਦੀ ਆ। ਜਾ ਵੇਖੀ ਮੇਰੇ ਅੰਦਰ ਫੋਨ ਵੱਜਣ ਡਿਆ ਕਿਹਦਾ ਆਇਆ ਵਾ। ਕੋਈ ਨਹੀਂ ਮੰਮੀ, ਵੱਜਣ ਡਿਆ ਤੇ ਕਿਤੇ ਚਾਹ ਤਾਂ ਪੀ ਲੈਣ ਤੋਂ ਸਵਾਦ ਨਾ। ਆ ਲਓ ਵੇਖ ਲਓ ਤੇਜਿੰਦਰ ਦਾ ਫੋਨ ਜੇ। ਹੈਲੋ, ਕਿੱਦਾਂ ਦੇ ਹੋਰਾ? ਬਸ ਵਧੀਆ ਭਾਬੀ, ਤੁਸੀਂ ਸੁਣਾਓ? ਬਸ ਵਧੀਆ, ਠੀਕ ਠਾਕ। ਅੱਛਾ, ਤੇ ਮੰਮੀ ਕਿੱਥੇ ਆ? ਫੋਨ ਨਹੀਂ ਚੁੱਕਣ ਦੇ? ਕਦੋਂ ਦਾ ਫੋਨ ਕਰਨ ਡਿਆ ਮੈਂ? ਨਹੀਂ, ਅਸੀਂ ਬਾਹਰ ਬੈਠੀਆਂ ਸੀ, ਮੰਮੀ ਵੀ ਮੇਰੇ ਨਾਲ ਹੀ ਨੇ, ਚਾਹ ਪੀਣ ਡੀਆਂ ਸੀ। ਅੱਛਾ ਅੱਛਾ, ਤੇ ਸੰਦੀਪ? ਸੰਦੀਪ ਹੀ ਸਾਨੂੰ ਚਾਹ ਦੇ ਕੇ ਗਈ ਹੈ ਬਾਹਰ,
ਤੇ ਉਹ ਪਤਾ ਨਹੀਂ ਅੰਦਰ ਚਲ ਗਈ ਘਰੇ ਜਾ ਕੇ ਫੋਨ ਤੇ ਲੱਗੀ ਹੈ। ਪਤਾ ਨਹੀਂ ਕੋਈ ਫੋਨ ਹੀ ਨਹੀਂ ਚੁੱਕਦਾ ਜਦੋਂ ਤੁਹਾਨੂੰ ਫੋਨ ਕਰੀਏ। ਪਤਾ ਨਹੀਂ ਮੈਂ ਕੀ ਦੱਸਾਂ, ਸੰਦੀਪ ਤੇ ਨਾ ਸਾਡੇ 'ਚ ਕਦੇ ਨਹੀਂ ਰਲ ਕੇ ਬੈਠੀ, ਪਤਾ ਨਹੀਂ ਕੀ ਕਰਦੀ ਰਹਿੰਦੀ, ਫੋਨਾਂ 'ਤੇ ਲੱਗੀ ਰਹਿੰਦੀ। ਹੁਣ ਰੱਬ ਜਾਣੇ ਤੇਰੇ ਨਾਲ ਗੱਲ ਕਰਦੀ ਹੈ ਜਾਂ ਕਿਹਦੇ ਨਾਲ ਕਰਦੀ ਹੈ। ਮੇਰੇ ਨਾਲ ਤਾਂ ਆਪ ਕਿੰਨੇ ਦਿਨ ਹੋ ਗਏ ਗੱਲ ਹੋਈ ਨੂੰ, ਮੈਂ ਤਾਂ ਜਦੋਂ ਫੋਨ ਕਰਦਾ ਬਸ ਬਿਜ਼ੀ ਬਿਜ਼ੀ ਬਿਜ਼ੀ। ਪਤਾ ਨਹੀਂ ਫਿਰ ਸਾਨੂੰ ਸਾਨੂੰ ਤਾਂ ਇਹੋ ਕਹਿੰਦੀ ਹੈ ਵੀ ਮੇਰੀ ਤਜਿੰਦਰ ਨਾਲ ਗੱਲ ਹੋਣ ਦੀ, ਪਤਾ ਨਹੀਂ ਫਿਰ ਕਿਹਦੇ ਨਾਲ ਲੱਗੀ ਰਹਿੰਦੀ। ਰੱਬ ਜਾਣੇ ਜਾਂ ਤੁਸੀਂ ਦੋਨੋਂ ਜਾਣੋ ਕੀ ਹੋਣ ਡਿਆ ਏ। ਭਾਬੀ ਤੁਸੀਂ ਇੱਕ ਇੱਕ ਕੰਮ ਕਰੋਗੇ ਪਲੀਜ਼? ਦੱਸ। ਉਹ ਜੇ ਹੋ ਸਕਦਾ ਤਾਂ ਵੀਡੀਓ ਕਾਲ ਕਰਕੇ ਸੰਦੀਪ ਦਿਖਾਓ ਹਾਂ ਭਲਾ ਕੀ ਕਰਨ ਡਈ ਹੁਣ। ਹੈਂ, ਵੀਡੀਓ ਕਾਲ? ਨਹੀਂ ਨਹੀਂ ਦਿਓਰਾ ਵੇਖ, ਤੂੰ ਆਪ ਸਿਆਣਾ ਹੈ, ਐਵੇਂ ਮੈਂ ਕੈਮਰਾ ਚਾਲੂ ਕਰਕੇ ਤਾਂ ਉਹਦੇ ਲਾਗੇ ਅੰਦਰ ਚਲ ਜਾਂਗੀ, ਇੱਦਾਂ ਚੰਗਾ ਥੋੜ੍ਹੀ ਲੱਗਦਾ। ਤੂੰ ਇੱਦਾਂ ਕਰ, ਆ ਮੰਮੀ ਨਾਲ ਗੱਲ ਕਰ ਲਾ। ਹੈਲੋ ਮੰਮੀ। ਹਾਂ ਪੁੱਤ। ਹਾਂਜੀ ਸਤਿ ਸ਼੍ਰੀ ਅਕਾਲ ਮੰਮੀ। ਸਤਿ ਸ਼੍ਰੀ ਅਕਾਲ। ਹੋਰ ਕਿੱਦਾਂ, ਠੀਕ ਠਾਕ ਜੇ? ਹਾਂ ਠੀਕ ਠਾਕ ਆ, ਤੂੰ ਸੁਣਾ, ਤੂੰ ਬੜਾ ਢਿੱਲਾ ਜਿਹਾ ਬੋਲਣ ਡਿਆ। ਮੰਮੀ ਢਿੱਲਾ ਕੀ ਰਹਿਣਾ ਆ, ਤੁਹਾਨੂੰ ਵੀ ਪਤਾ ਹੀ ਹੈ ਕਿੰਨੇ ਦਿਨ ਹੋ ਗਏ ਸੰਦੀਪ ਨਾਲ ਗੱਲ ਹੀ ਨਹੀਂ ਹੋਣ ਦੀ। ਜਦੋਂ ਮੈਂ ਤੈਨੂੰ ਕਹਿੰਦੀ ਸੀ ਤੇ ਉਦੋਂ ਤੂੰ ਮੰਨਦਾ ਨਹੀਂ ਮੇਰੀ ਗੱਲ, ਉਦੋਂ ਤਾਂ ਕਹਿੰਦਾ ਸੰਦੀਪ ਹੀ ਬੜੀ ਚੰਗੀ, ਸੰਦੀਪ ਹੀ ਬੜੀ ਚੰਗੀ ਆ। ਉਦੋਂ ਮੰਨੀ ਹੁੰਦੀ ਤੇ ਆਹ ਦਿਨ ਨਾ ਵੇਖਣੇ ਪੈਂਦੇ ਹੋਣਾ ਨੂੰ। ਤੈਨੂੰ ਪਤਾ ਗਰੀਬ ਘਰ ਦੀ ਹੈਗੀ ਸੀ ਉਹ, ਇੱਥੇ ਉਹਨੂੰ ਸਭ ਕੁਛ ਮਿਲਦਾ ਵਾ, ਪਿੱਛੇ ਉਹਨੇ ਕੁਛ ਵੇਖਿਆ ਨਹੀਂ, ਹੁਣ ਉਹ ਪਿੱਛੇ ਦਾ ਖਿਆਲ ਜ਼ਿਆਦਾ ਰੱਖਦੀ ਅਤੇ ਸਾਡਾ ਘੱਟ ਰੱਖਦੀ ਆ। ਉਦੋਂ ਮੰਨ ਲੈਂਦਾ ਤਾਂ ਇਹ ਦਿਨ ਨਹੀਂ ਆਉਣੇ ਸਾਡੇ 'ਤੇ। ਮੈਂ ਤਾਂ ਮੰਮੀ ਆਪ ਬੜਾ ਦੁਖੀ ਹਾਂ, ਮੈਂ ਤਾਂ ਆਪ ਵਿਆਹ ਲੱਡੂ ਖਾ ਕੇ ਵੇਖ ਲਿਆ ਵਾ, ਕੀ ਕਰਾਂ ਹੁਣ ਮੈਂ। ਚੱਲ ਕੋਈ ਨਹੀਂ ਪੁੱਤ, ਵਿਆਹ ਲੱਡੂ ਤੈਨੂੰ ਫੇਰ ਖਵਾ ਦਾਂਗੇ, ਕੋਈ ਗੱਲ ਨਹੀਂ। ਤੂੰ ਆਸਟ੍ਰੇਲੀਆ ਪੱਕਾ ਵਾ, ਤੈਨੂੰ ਰਿਸ਼ਤਿਆਂ ਦਾ ਘਾਟਾ ਵਾ, ਤੂੰ ਤਾਂ ਐਵੇਂ ਉਹਦੇ ਮਗਰ ਲੱਗ ਗਿਆ ਸੀ, ਉਦੋਂ ਬਥੇਰੇ ਰਿਸ਼ਤੇ ਆ ਜਾਣੇ ਆ, ਟੈਨਸ਼ਨ ਨਾ ਲੈ ਤੂੰ ਕੋਈ। ਚਲੋ ਠੀਕ ਆ ਮੰਮੀ, ਤੁਸੀਂ ਤਾਂ ਹੋਰ ਪਾਸੇ ਗੱਲ ਲੈ ਕੇ ਚਲ ਗਏ ਜੀ। ਅਤੇ ਕੀ ਕਰਾਂ ਪੁੱਤ, ਅਸੀਂ ਤਾਂ ਆਪ ਪਰੇਸ਼ਾਨ ਵਾ। ਚਲੋ ਠੀਕ ਆ, ਮੈਂ ਬਾਅਦ 'ਚ ਕਰੂੰਗਾ ਫੋਨ। ਠੀਕ ਠੀਕ ਆ ਫਿਰ, ਚੰਗਾ ਚੰਗਾ, ਓਕੇ ਸਤਿ ਸ਼੍ਰੀ ਅਕਾਲ। ਹੋਰ ਫਿਰ ਮੰਮੀ ਕੀ ਕਹਿੰਦਾ ਵਿਆਹ ਵੱਲੋਂ? ਜੇ ਮੰਨਦਾ ਵਾ ਤਾਂ ਮੈਂ ਮਾਸੀ ਨਾਲ ਗੱਲ ਕਰਾਂ ਵੀ ਆਪਣੀ ਕੁੜੀ ਦੇ ਰਿਸ਼ਤੇ ਵੱਲੋਂ। ਨਾ ਨਾ ਸਿੰਮੀ, ਉਹਨੇ ਕਿੱਥੇ ਮੰਨਣਾ ਵਾ, ਹੁਣ ਤਾਂ ਅੱਗੇ ਲੱਡੂ ਖਾਧਾ ਰਾਸ ਨਹੀਂ ਆਇਆ ਵਿਚਾਰੇ ਨੂੰ। ਅਤੇ ਉਹਨੂੰ ਕਹਿਣਾ ਸੀ ਹੋਰ ਘਰਾ ਆਪਣੀ ਮਰਜ਼ੀ ਨਾਲ ਵਿਆਹ, ਉਦੋਂ ਇਹਨੂੰ ਕਿਤੇ ਥੋੜ੍ਹਾ ਸਮਝਾਇਆ ਸੀ, ਇਹ ਕਿਹੜਾ ਮੰਨਦਾ ਸੀ, ਇਹਦੇ ਪਿੱਛੇ ਪਿਆ ਸੀ ਵੀ ਮੈਂ ਇਹਦੇ ਨਾਲ ਹੀ ਕਰਾਉਣਾ ਵਾ। ਚੱਲ ਹੁਣ ਗਲਤੀ ਹੋ ਗਈ ਉਹਦੇ ਕੋਲ, ਹੁਣ ਕੀ ਕਰ ਸਕਦੇ ਹਾਂ। ਚਲੋ ਠੀਕ ਆ ਮੰਮੀ, ਫਿਰ ਮੈਂ ਕੱਪ ਰੱਖਾਂ ਅੰਦਰ, ਇਹਦੀ ਮਰਜ਼ੀ। ਹਾਂਜੀ ਆਂਟੀ ਆ ਗਏ ਹੋ? ਹਾਂ ਸਾਹਿਬ। ਹੋਰ ਸੁਣਾਓ ਠੀਕ ਹੋ? ਹਾਂ ਠੀਕ ਹੋ।
ਸਾਹਿਬ ਜੀ ਬੜੇ ਸਾਹਿਬ ਕਬ ਆਏਗੇ? ਆਂਟੀ ਉਹ ਤੇ ਨਾ ਕਿਤੇ ਮੀਟਿੰਗ ਵਾਸਤੇ ਬਾਹਰ ਗਏ ਆ ਤੇ 3-4 ਦਿਨ ਲੱਗ ਜਾਣੇ ਉਹਨਾਂ ਦੇ। 3-4 ਦਿਨ ਤਾਂ ਫਿਰ ਬਹੁਤ ਲੇਟ ਹੋ ਜਾਏਗਾ, ਬੜੀ ਦੇਰ ਹੋ ਜਾਏਗੀ। ਕਿਆ ਕਰੂੰਗੀ ਫਿਰ, ਦੇਰ ਹੋ ਜਾਏਗੀ। ਆਂਟੀ ਕੀ ਹੋਇਆ, ਬੜੇ ਪਰੇਸ਼ਾਨ ਜਿਹੇ ਲੱਗਣ ਡੇ ਹੋ। ਸਾਹਿਬ ਜੀ ਮੇਰੇ ਕੋ ਤਾਂ ਬੜੇ ਸਾਹਿਬ ਬੋਲ ਰਹੇ ਥੇ ਕਿ ਕੱਲ ਕੋ ਪੈਸੇ ਲੈ ਜਾਣਾ, ਤੋ ਆਪ ਬੋਲ ਰਹੇ ਕਿ 3-4 ਦਿਨ ਹੀ ਵੋ ਆਏਗੇ। ਮੁਝੇ ਤਾਂ ਬਹੁਤ ਜ਼ਰੂਰੀ ਚਾਹੀਏ ਥਾ,